بسم الله الرحمن الرحيم. اللهم كن لوليك الحج ابن الحسن العسكري عليه الصلاة والسلام صلواتك عليه وعلى آبائه في هذه الساعة وفي كل ساعة، وليا وحافظا قائدا وناصرا دليلا وعينا حتى تسكنه أرضك طوعا وتمتعه فيها طويلا. يا رب محمد وآل محمد وعجل فرجهم وسهل مخرجهم. صلوات أعوذ بالله من الشيطان الرجيم. بسم الله الرحمن الرحيم. صلوات الحمد لله رب العالمين، الصلاة والسلام على من كان نبيا وآدم بين الماء والتين. صلوات دعا ہے مالک بانی مجلس بھائی دی محنت کوشش پوری وچھائی خرچ خراجات قبول فرماوے. مولا اس ذکر دا صدقہ بھائی نو ماتمی بچڑا تا فرما. تو تمام عزت دار مومنین مومنات دا دربار عالیہ چ ٹرایا مالک قبول فرما. کوئی مومن اس وقت تک موت نہ ویکھے جب تک وہ 14 زوار نہ بن جائے. سارے آمین آکھی کرو. میں جدو پہلی دفعہ کربلا گیا ہم امام حسین علیہ السلام دے حرم وچ اسا 4-5 ذاکرہ سے، تو اتھے ایک مول صاحب آ گئے آخری میں پڑیا. اسا سارے گزارش کی تھی کہ بلا بادشاہ حسین دی زریتے کچھ خطاب فرماؤ. تو دوران تقریر مجلس انہوں فرمایا کہ جڑے ویلے بندہ نیت کر کے تیاری کر کے کربلا والے پاسے ٹرن دا ارادہ کریندا ہے تا اللہ کئی ہزار فرشتے بھیجیندا ہے کہ جاؤ میرے حسین دے زوار نو عزت نال کربلا گھناؤ. کربلا پہنچا کے فرشتے پوچھتے ہیں مالک زوار پہنچ گیا ہے، ساڑھے واسطے کیا حکم ہے؟ تو اللہ دا حکم ہوندا ہے ہن جے تائیں اے کربلا رہوے تساں حرم حسین اچ بہ کے عبادت کرو. عبادت تساں کرو، اس دا ثواب میں اس زوار دے نامے اعمال اچ درج کرے سا. جڑے ویلے زوار واپس گھر آمن لگدا ہے تو فرشتے پوچھتے ہیں ہن کیا حکم ہے؟ تو اللہ دا حکم ہوندا ہے ہن اس نو گھر پہنچو. ہزاراں فرشتے زوار اپنے گھر اندر ویڑے چ داخل ہو جاوے تو دروازے تے کھلو کے پھر فرشتے پوچھتے ہیں مالک اساں واپس آ سکدے ہیں؟ تو اللہ دا حکم ہوندا ہے نہیں. مالک ہن کیا کرنا ہے؟ تو حکم ہوندا ہے ہن جے تائیں اے جیندا ہے تساں اس دے گھر رہ کے عبادت کرو. تے جڑے ویلے او زوار دنیا تو ٹر جاوے غسل کفن جنازہ فرشتے موڈا دین دن قبر اچ لہا کے سما کے
ਤਲਕੀਨ ਸੁਣਾ ਕੇ ਤਾਵੀਜ਼ ਕਬਰ ਬੰਦ ਕਰਕੇ ਜਿਹੜੇ ਵੇਲੇ ਹਰ ਕੋਈ ਵਾਪਸ ਤੁਰ ਪੈਂਦਾ ਹੈ ਤਾਂ ਉਸ ਵੇਲੇ ਕਬਰ 'ਤੇ ਖਲੋ ਕੇ ਫਰਿਸ਼ਤੇ ਪੁੱਛਦੇ ਨੇ ਮਾਲਿਕ ਮੁਦਤ ਹੋ ਗਈ ਹੈ ਇਸ ਜ਼ਵਾਰ ਕੋਲ ਰਹਿੰਦੇ ਹਾਂ ਹੁਣ ਤਾਂ ਕਹਾਣੀ ਮੁੱਕ ਗਈ ਹੈ ਹੁਣ ਤਾਂ ਇਸ ਦੀ ਔਲਾਦ ਇਸ ਨੂੰ ਕਬਰ 'ਚ ਛੋੜ ਕੇ ਘਰ ਚਲੀ ਗਈ ਸਾਡੇ ਵਾਸਤੇ ਕਿਆ ਹੁਕਮ ਹੈ ਤਾਂ ਕਿਬਲਾ ਫਰਮਾ ਰਹੇ ਹਨ ਕਿ ਅੱਲਾਹ ਦਾ ਹੁਕਮ ਹੁੰਦਾ ਤੁਹਾਨੂੰ ਜਲਦੀ ਕਿਹੜੀ ਹੈ ਹੁਣ ਇਸ ਦੀ ਕਬਰ 'ਤੇ ਬਹਿ ਕੇ ਉਦਾਂ ਤਾਈਂ ਇਬਾਦਤ ਕਰੋ ਜੇ ਤਾਈਂ 12ਵੇਂ ਦਾ ਜ਼ਹੂਰ ਨਹੀਂ ਤੋ ਮੈਂ ਇਸ ਵਾਸਤੇ ਦੁਆ ਕੀਤੀ ਹੈ ਮੌਲਾ ਤੁਹਾਨੂੰ ਇਸੇ ਸਾਲ ਕਰਬਲਾ ਲੈ ਜਾ ਮੌਲਾ ਹੁਸੈਨ ਦੀ ਜ਼ਰੀ 'ਤੇ ਕਿਆ ਇੱਜ਼ਤ ਹੈ ਉਸ ਬੰਦੇ ਦੀ ਜਿਹੜਾ ਜ਼ਵਾਰ ਹੈ ਮੌਲਾ ਹੁਸੈਨ ਤੋ ਸਾਰੇ ਮੋਮਨੀਨ ਵਾਸਤੇ ਮੋਮਨਾਤ ਵਾਸਤੇ ਮੈਂ ਮੁਸ਼ਤਰਕਾ ਦੁਆ ਮੰਗੀਏ ਮੌਲਾ ਤੁਹਾਡੀ ਇੱਜ਼ਤਾਂ ਮਹਿਫੂਜ਼ ਫਰਮਾਵੇ ਮੈਂ ਇੱਕ ਸੀਧਾ ਜਨਾਬ ਨੂੰ ਬੜਾ ਖੂਬਸੂਰਤ ਜਿਹਾ ਕਿ ਸਾਰੇ ਮੁਹੰਮਦ ਹਨ ਸਾਰੇ ਅਲੀ ਹਨ ਬਾਊਆ ਤੁਸੀਂ ਦੱਸ ਦੇਵੋ ਮੈਨੂੰ ਬੋਲੋ ਹੈਰਾਨ ਹੋ ਗਏ ਅੱਗੇ ਬੈਠੇ ਪੰਜ ਚਾਰ ਹੋ ਸਾਰੇ ਸਾਰੇ ਮੁਹੰਮਦ ਸਾਰੇ ਅਲੀ ਬਾਊ ਜੀ ਇਹਨਾਂ ਚੋਂ ਜਿਹੜੇ ਦੋ ਵੱਡੇ ਅਲੀ ਹਨ ਯਾਨੀ ਇੱਕ ਅੱਲਾ ਦੇ ਘਰ ਦਾ ਅਲੀ ਇੱਕ ਅਲੀ ਦੇ ਘਰ ਦਾ ਅਲੀ ਹੁਣ ਅੱਗੇ ਤਾਂ ਛੋਟੇ ਛੋਟੇ ਹੁੰਦੇ ਸੀ ਛੋਟੇ ਛੋਟੇ ਤਾਂ ਇਹਨਾਂ ਦੀਆਂ ਨੇ ਭਾਈ ਆ ਸਰਦੀ ਹੋ ਜਾਂਦੀ ਆਈ ਇਹਨਾਂ ਦੀਆਂ ਹੁਣ ਪਤਾ ਨਹੀਂ ਕਮਾਲ ਹੋ ਗਈ ਮੈਨੂੰ ਤਾਂ ਇਹ ਲੱਗਦਾ ਹੁਣ ਗਰਮੀ ਵੰਜ ਕੇ ਮੁੜ ਵੱਲ ਆਈਏ ਅੱਲਾ ਹੀ ਖੈਰ ਕਰੇ ਮੌਲਾ ਖੈਰ ਹੁਣ ਉਹ ਗਰਮੀ ਦਾ ਅਹਿਸਾਸ ਹੀ ਹੋਇਆ ਮੁੜ ਗਰਮੀ ਸਫ਼ਰ ਸਫ਼ਰ ਸਾਰਾ ਨਿਜ਼ਾਮ ਛਿਲਾ ਇਸ ਕੋਈ ਨਹੀਂ ਆਉਣਾ ਬਾਊ ਮੈਂ ਲੁਕਾ ਖਲਾਂ ਇੱਦੇ ਬਾ ਠੀਕ ਹੈ ਤੁਹਾਨੂੰ ਨਸੀਬ ਹੋਵੇ ਮੌਲਾ ਖੈਰ ਕਰੇ ਕਸੀ ਤਾਂ ਪੜੀਏ ਜਨਾਬ ਏ ਪਿਓ ਪੁੱਤਰਾਂ ਨੇ ਹਰ ਮੁਸ਼ਕਿਲ ਵਿੱਚ ਹਰ ਕਹਿ ਦੇ ਦੁੱਖ ਡਾਲੇ ਹੇ ਆਲਾ ਮੈਂ ਯਾਰ ਅਲੀ ਤੇ ਗਾਜ਼ੀ ਜੀ ਉਹ ਬਿਸਮਿਲਾ ਜਿਵੇਂ ਪਿਓ ਪੁੱਤਰ ਵੀ ਹਨ ਦੋਵੇਂ ਅਲੀ ਵੀ ਹਨ ਹਾਂ ਪਿਓ ਪੁੱਤਰਾਂ ਨੇ ਹਰ ਮੁਸ਼ਕਿਲ ਵਿੱਚ ਹਰ ਕਹਿ ਦੇ ਦੁੱਖ ਡਾਲੇ ਆਲਾ ਮਿਆਰ ਅਲੀ ਤੇ ਗਾਜ਼ੀ ਦਾ ਹਾਂ ਪਿਓ ਪੁੱਤਰਾਂ ਨੇ ਹਰ ਮੁਸ਼ਕਿਲ ਵਿੱਚ ਹਰ ਕਹਿ ਦੇ ਦੁੱਖ ਡਾਲੇ ਮੈਂ ਤਾਰਫ ਕਰਾ ਰਹੀ ਹਾਂ ਤਾਰਫ ਤਸਵੀਰ ਖੁਦਾ ਦੀ ਹੈ ਇੱਕ ਤਸਵੀਰ ਅਲੀ ਦੀ ਹੈ ਇਹਨਾਂ ਦਾ ਤਾਰੋ ਫੇ ਤਾਰੋ ਭਜ ਇੱਕ ਤਸਵੀਰ ਅਲੀ ਦੀ ਹੈ ਹੁਣ ਅੱਗੇ ਕਰਦੇ ਕਿਆ ਹਨ ਡਿਊਟੀ ਕਿਆ ਹੈ ਇੱਕ ਤਸਵੀਰ ਅਲੀ ਦੀ ਹੈ ਇੱਕ ਨਿਗਰਾਨ ਰਿਸਾਲਤ ਦਾ ਇੱਕ ਨਿਗਰਾਨੀ ਇਮਾਮਤ ਦਾ ਸਾਂਝਾ ਹੈ ਕਿਰਦਾਰ ਅਲੀ ਤੇ ਗਾਜ਼ੀ ਇੱਕ ਤਸਵੀਰ ਖੁਦਾ ਦੀ ਹੈ ਇੱਕ ਤਸਵੀਰ ਅਲੀ ਦੀ ਹੈ ਇੱਕ ਤਸਵੀਰ ਖੁਦਾ ਦੀ ਹੈ ਇੱਕ ਤਸਵੀਰ ਅਲੀ ਦੀ ਹੈ ਇੱਕ ਨਿਗਰਾਨ ਰਿਸਾਲਤ ਦਾ ਹੈ ਇੱਕ ਨਿਗਰਾਨ ਇਮਾਮਤ ਦਾ ਸਾਂਝਾ ਹੈ ਕਿਰਦਾਰ ਅਲੀ ਦੇ ਗਾ ਸੁਲਤਾਨ ਵੀ ਵੇਖੇ ਇਹ ਦੁਨੀਆ ਹੈ ਨਾ ਦੁਨੀਆ
ਇਸ ਤੇ ਇਹਦੇ ਨਸ਼ੇਬੋ ਫਰਾਜ਼ਨ ਪਤਾ ਨਹੀਂ ਕਿਆ ਕਿਆ ਹੈ ਦੁਨੀਆ 'ਚ, ਜ਼ਮਾਨਾ ਬਦਲ ਗਿਆ। ਪਹਿਲੇ ਜ਼ਮਾਨਾ ਹੁੰਦਾ ਸੀ ਬੜੇ ਸਖੀ ਲੋਕ, ਡੇਰੇਦਾਰ ਬੰਦੇ, ਸੌ ਸੌ ਬੰਦਾ ਰੋਜ਼ ਡੇਰੇ ਤੋਂ ਰੋਟੀ ਖਾਂਦਾ ਸੀ। ਸੱਥਾਂ ਪਰ ਹੀ ਬੜਾ ਨਿਜ਼ਾਮ ਹੁੰਦਾ ਸੀ ਤੁਹਾਡੇ ਮੁਲਤਾਨ ਵਿੱਚ ਵੀ ਮਾਸ਼ਾਅੱਲਾ। ਹੁਣ ਤੋਂ ਦੌਰ ਹੀ ਬਦਲ ਗਿਆ। ਖੈਰ ਹੈ ਮੁਮਤਾਜ਼, ਖੈਰ ਹੈ, ਬਸ ਠੀਕ। ਮੇਰਾ ਜਿਹੜਾ ਮੌਜੂ ਹੈ ਤਵੱਜੋ ਕਰਨੀ, ਕਾਨੂੰਨ ਹੈ, ਪੈਮਾਨਾ ਹੈ ਮੇਰੇ ਸਾਹਮਣੇ ਕਿ ਜਿਤਨੀ ਬੜੀ ਸ਼ਖਸੀਅਤ ਉਤਨਾ ਬੜਾ ਤਾਲਕ। ਬੰਦਾ ਜਿਹੜਾ ਵੱਡਾ ਹੋਵੇ, ਭਾਈ ਤੁਹਾਡੇ ਯੂਸਫ ਰਜ਼ਾ ਗਿਲਾਨੀ ਕੋਲ ਜੋ ਵਜ਼ੀਰ ਆਜ਼ਮ ਆ ਜਾਵੇ ਹੁਣ, ਇਹ ਕੋਈ ਨਵੀਂ ਗੱਲ ਕੋਈ ਨਹੀਂ। ਉਹ ਆਪ ਹੀ ਐਡਾ ਬੜਾ ਬੰਦਾ, ਵੱਡਿਆਂ ਲੋਕਾਂ ਕੋਲ ਵੱਡੇ ਆਉਂਦੇ ਨਾ। ਬੋਲੋ ਯਾਰ, ਐਂ ਕਰੋ, ਐਂ ਐਂ ਆਉਂਦੇ ਨਾ। ਅਸਾਂ ਮਸਕੀਨ ਲੋਕ ਆਏ, ਸਾਡੇ ਕੋਲ ਮਸਕੀਨ ਬੰਦੇ ਆ, ਜਿਹੜੇ ਬੜੇ ਲੋਕ ਉਹਨਾਂ ਕੋਲ ਬੜੇ ਆ। ਜਿਤਨੀ ਬੜੀ ਸ਼ਖਸੀਅਤ ਉਤਨਾ ਬੜਾ ਤਾਲਕ। ਤੇ ਜਿਹਨਾਂ ਬਾਦਸ਼ਾਹਾਂ ਦਾ ਮੈਂ ਜ਼ਿਕਰ ਸ਼ੁਰੂ ਕੀਤਾ, ਜ਼ਰਾ ਤਵੱਜੋ ਕਰੀ ਮੈਂ ਪਿਆਦਾ। ਸੁਲਤਾਨ ਵੀ ਵੇਖੇ, ਬੜੇ ਸ਼ਾਨ ਵੀ ਵੇਖੇ, ਸੁਲਤਾਨ ਵੀ ਵੇਖੇ, ਬੜੇ ਸ਼ਾਨ ਵੀ ਵੇਖੇ, ਥੇ ਹੋਏ ਸਖੀਆਂ ਦੇ ਕਈ ਦਾਨ ਵੀ ਵੇਖੇ, ਥੇ ਹੋਏ ਸਖੀਆਂ ਜੀਵੋ ਗੌਸਾ ਕੁਤਬਾ ਦੇ ਅਬਦਾਲਾ ਵੀ ਮੈਂ ਮੰਗਦੀਆਂ ਵੇਖਿਆ ਨਹੀਂ ਵੇਖ ਇਮਕਾਨ ਦੇ ਸੁਲਤਾਨ ਅਲੀ ਤੇ ਗਾਜ਼ੀ ਜੇ। ਇਹ ਕਿਤਨੇ ਬੜੇ ਨੇ, ਇਹਨਾਂ ਕੋਲ ਕੌਣ ਕੌਣ ਆਂਦਾ ਪਿਓ ਪੁੱਤਰ ਕੋਲ ਸੁਣੀ ਗਾਜ਼ੀ ਜੇ ਨਜਫ ਮੁਹੰਮਦ ਆਂਦੇ ਕਰਬਲ ਖਾਲਕ ਖੁਦ ਆਂਦੇ ਹੈ ਵਖਰਾ ਦਰਬਾਰ ਅਲੀ ਤੇ ਗਾਜ਼ੀ ਦਾ। ਜ਼ਿੰਦਗੀ ਹੋ ਗਈ ਮਸ਼ਰ ਦਾ ਮੈਦਾਨ ਹੈ। ਅਸਾਂ ਸਾਡਾ ਖਿਆਲੀ ਦੀਨ ਨਹੀਂ, ਅਸਾਂ ਰਿਵਾਇਤਾਂ ਸ਼ਿਵਾਇਤਾਂ ਦੇ ਕੋਈ ਕਾਇਲ ਨਹੀਂ। ਫਲਾਣਾ ਬੰਦਾ ਤੇ ਫਲਾਣਾ ਬੰਦਾ ਤੇ 250 ਸਾਲ ਰਸੂਲ ਤੋਂ ਬਾਅਦ ਜੰਮਿਆ, ਉਹ ਹਦੀਸ ਪੇਸ਼ ਕੀਤੀ ਗੱਲ। ਸਾਨੂੰ ਸਾਡੀ ਜ਼ਿੰਦਗੀ ਗੁਜ਼ਾਰਨ ਦੇ ਤਰੀਕੇ ਸਾਨੂੰ ਐਡਵਾਂਸ ਸਾਈਆਂ ਦੱਸ ਛੋੜੇ ਹਨ। ਸਾਈਆਂ ਦੱਸਿਆ, ਸਾਈਆਂ ਮਾਸ਼ਰ ਵਾਲੇ ਦਿਨ ਕਿਆ ਹੋਣਾ, ਜੋ ਸਾਈਆਂ ਦੱਸਿਆ। ਇੱਕ ਟੋਲਾ ਹੋ ਸੀ, ਯਾ ਹੁਸੈਨ ਯਾ ਹੁਸੈਨ, ਮਾਤਮੀ ਫਰਿਸ਼ਤੇ ਇਹਤਰਾਮ ਕਰਕੇ ਜੰਨਤ ਵਾਲੇ ਪਾਸੇ ਭੇਜ ਰਹੇ। ਪਿੱਛੇ ਇੱਕ ਹੋਰ ਟੋਲਾ ਆਇਆ, ਉਹ ਬਾਹੂ ਹੋਰਾਂ ਫਰਿਸ਼ਤਿਆਂ ਰੋਕ ਦਿੱਤਾ, ਰੁਕੋ, ਰੁਕ ਗਏ। ਅਮਲ ਉਹਨਾਂ ਕੇ ਜੀ ਬੜੇ, ਉਹਨਾਂ ਬੜੇ ਖੋਲੇ ਅਮਲ, ਉਹਨਾਂ ਕੇ ਉੱਲੂ ਦੇ ਪੱਠੇ ਵੀ ਖੋਖੇ ਚਾ ਕੇ ਆ ਗਏ। ਕੋਈ ਅਮਲ ਹੈ ਜਿਹਦੇ ਵਿੱਚ ਉਸਦੀ ਰੂਹ ਹੋਵੇ? ਸੁਣੇ, ਉਹਨਾਂ ਆਖਿਆ ਅਲੀ ਦੀ ਵੀ ਲਾ, ਬੜਾ ਬੜਾ ਰੋਲਾ ਪੈ ਗਿਆ, ਉਹ ਸ਼ੋਰ ਪੈ ਗਿਆ, ਸ਼ੋਰ ਮਸ਼ਰ ਵਾਲਾ ਦਿਨ ਨੇ ਇਹਨਾਂ ਸ਼ੋਰ ਪਾਇਆ। ਫਰਿਸ਼ਤੇ ਪਿਆ ਦਿਲ ਬਕ ਬਕ ਨਹੀਂ ਕਰਨੀ, ਕੀਤਾ ਹੁਕਮ ਖੁਦਾਏ। ਫਰਿਸ਼ਤੇ ਦਾ ਜਵਾਬ ਸੁਣਨਾ, ਕੀਤਾ ਹੁਕਮ ਖੁਦਾਏ, ਅੱਜ ਰੋਜ਼ ਜਜ਼ਾਏ, ਕੀਤਾ ਹੁਕਮ ਖੁਦਾਏ, ਅੱਜ ਰੋਜ਼ ਜਜ਼ਾਏ, ਦੁਸ਼ਮਨ ਸੈਦਾਂ ਦਾ ਕੋਈ ਬਚ ਕੇ ਨਾ ਜਾਏ, ਦੁਸ਼ਮਨ ਸੈਦਾਂ ਦਾ ਨਾ ਕਰਦੇ ਸਾਡੇ ਇਤਨੇ ਅਮਲ, ਅਮਲ ਕੋਈ ਬਚ ਕੇ ਨਾ ਜਾਏ, ਅੱਜ ਮੈਦਾਨ ਕਿਆਮਤ ਦੇ ਬਸ ਅਮਲਾ ਕਮਾਉਣਾ ਨੇ, ਇਸ਼ਕ ਅਲੀ ਦੇ ਬਾਜ ਏ ਖੋਟੇ ਸਿੱਕੇ ਇੱਥੇ ਨਹੀਂ ਚੱਲਦੇ। ਜਨ ਸਮਝ ਆਈ ਸਿੱਕੇ ਕਿਆ ਕਰੀਏ ਚੱਲਦੇ, ਯਾ ਹੈ ਦਰਗਾਹ ਲਿਖਿਆ ਲੈ ਜਾਵਤ ਪਰਚਮ ਗਾਜ਼ੀ ਦਾ, ਮਾਸ਼ਰ ਹੈ ਬਾਜ਼ਾਰ ਅਲੀ ਤੇ ਗਾਜ਼ੀ ਦਾ। ਯਾ ਅੱਲਾ,
ਮਿਹਰਬਾਨੀ ਮਿਹਰਬਾਨੀ ਇਮਾਮ ਹੁਸੈਨ ਜ਼ਿੰਦਗੀ ਕਰੇ ਸ਼ਾਲਾ ਵਸੋ ਪਏ। ਬਾਬਾ ਜੀ ਮੈਂ ਜਿਹੜਾ ਬਿਸਮਿਲ੍ਲਾ ਜਿਹੜਾ ਮੈਂ ਮੌਜੂ ਹੈ ਅੱਜ ਦਾ ਮੌਜੂ ਹੈ ਭਾਈਜਾਨ ਮੌਜੂ ਹੈ ਬਾਦਸ਼ਾਹ ਹੁਸੈਨ ਕਿਤਨਾ ਕਰੀਮ ਹੈ ਹੁਸੈਨ ਕਿਹੜਾ ਲਜਪਾਲ ਹੈ ਹੁਸੈਨ ਕਿਹੜਾ ਗਰੀਬ ਨਵਾਜ਼ ਹੈ ਹੁਸੈਨ ਕਿਹੜਾ ਮਹਿਮਾਨ ਨਵਾਜ਼ ਹੈ ਹੁਸੈਨ ਜ਼ਿੰਦਗੀ ਦਾ ਰਾਜ਼ ਹੋਵੇ ਭਾਈ ਆਦਾ ਕਿਹੜਾ ਗਰੀਬ ਮਜ਼ਾਜ ਹੈ ਹੁਸੈਨ। ਤੋ ਮੈਂ ਬਾਦਸ਼ਾਹ ਹੁਸੈਨ ਦੀ ਕਰੀਮੀ ਪੜ੍ਹ ਰਹੀ ਹਾਂ ਕਰੀਮੀ ਪੜ੍ਹ ਰਹੀ ਹਾਂ ਬਾਦਸ਼ਾਹ ਹੁਸੈਨ ਦੀ ਪੜ੍ਹੀ ਜਨਾਬ। ਮਸਕੀਨਾਂ ਦੀ ਦੁਨੀਆ ਅੰਦਰ ਅੱਲਾਹ ਵਾਂਗੂ ਸੁਣਦਾ ਹੁਸੈਨ ਜਿਵੇਂ ਖੁਦਾ ਸਰਵਰ ਫਰਦਨ ਬਿਲਕੁਲ ਉਵੇਂ ਫਰਦਾ ਹੁਸੈਨ ਭਾਈ ਜਾਨ ਬੜਾ ਲੁਤਫਾ ਸੀ ਬੜਾ ਲੁਤਫਾ ਸੀ। ਕਿਆ ਹੈ ਹੁਸੈਨ ਮਸਕੀਨਾਂ ਦੀ ਦੁਨੀਆ ਸੁਣਦਾ ਹੁਸੈਨ ਜਿਵੇਂ ਖੁਦਾ ਤੇ ਸਰਵਰ ਫਰਦਿਲ ਬਿਲਕੁਲ ਫਰਦਾ ਹੁਸੈਨ ਲਫ ਸਮਝ ਆਇਆ ਹੈ ਨਾ ਜਿਵੇਂ ਅੱਲਾ ਫਰਦਾ ਹੈ ਉਨੇ ਹੁਸੈਨ ਫਰਦਾ ਹੈ ਭਾਈ ਉਹ ਕਿਵੇਂ ਦਲੀਲ ਦੇ ਰਹੀ ਹਾਂ ਬਿਲਕੁਲ ਸਤ ਬਚਰਾਹਬ ਕੋ ਅੱਲਾ ਦੀ ਕਸਮ ਉਸ ਦੀ ਤੂੰ ਗੁਰਬਾ ਤੇ ਹੱਥ ਰੱਖਦਾ ਹੁਸੈਨ ਖਾਲੀ ਝੋਲੀ ਭਰਦਾ ਹੁਸੈਨ ਲੋਹ ਮਹਿਫੂਜ਼ ਦੀ ਤਖਤੀ ਉੱਤੇ ਸਭ ਦੇ ਬਚੜੇ ਲਿਖਦਾ ਹੁਸੈਨ ਸਦਕੇ 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 ਜ਼ਿੰਦਗੀ ਦਾ ਰਾਜ਼ ਹੋਵੀ ਸੈਣ ਅਜਰ ਦੇ ਵੀ ਫਿਰ ਪੜਦੇ ਨਾ ਗੁਰਬਾਂ ਤੇ ਹੱਥ ਰੱਖਦਾ ਹੁਸੈਨ ਖਾਲੀ ਡੋਲੇ ਭਰਦਾ ਹੁਸੈਨ ਲੋਹ ਮਹਿਫੂਜ਼ ਦੀ ਤਖਤੀ ਉੱਤੇ ਸਭ ਦੇ ਬਚੜੇ ਲਿਖਦਾ ਹੁਸੈਨ ਗੁਰਬਾਂ ਤੇ ਹੱਥ ਰੱਖਦਾ ਹੁਸੈਨ ਜਿਹੜੇ ਘਰ ਵਿੱਚ ਸੈਯਦ ਉਲੰਬੀਆ ਹੋਵੇ ਜਿੱਥੇ ਅਲੀ ਅਨਮੁਰਤਦਾ ਹੋਵੇ ਹਸਨ ਮੁਜਤਬਾ ਹੋਵੇ ਸੈਯਦਾ ਹੋਵੇ ਉੱਥੇ ਮਕਾਮ ਕਿਆ ਹੈ ਹੁਸੈਨ ਪਾਕ ਬਤੂਲ ਦਾ ਲਖਤ ਹੁਸੈਨ ਤੇ ਸਰਵਰ ਦਾ ਬਖਤ ਹੁਸੈਨ ਜੀਵੋ ਸ਼ਬੀਰ ਦਾ ਮਿਜ਼ਾਜ ਪੜ ਰਹੀ ਹੈ ਨਾਨੇ ਵਾਂਗੂ ਅਮਨ ਦਾ ਬਾਨੀ ਬਾਬੇ ਵਾਂਗੂ ਲੜਦਾ ਹੁਸੈਨ ਬਚ ਗਈ ਕੁਲ ਨਬੀਆਂ ਦੀ ਮਿਹਨਤ ਇੰਜ ਦਾ ਕੀਤਾ ਸਜਦਾ ਹੁਸੈਨ ਨਾਨੇ ਵਾਂਗੂ ਅਮਨ ਦਾ ਬਾਨੀ ਸਦਕੇ ਸਦਕੇ ਲੜਦਾ ਹੁਸੈਨ ਬਚ ਗਏ ਕੁਲ ਨਬੀਆਂ ਦੇ ਮਿਹਨਤ ਮੈਂ ਸੈਯਦਾਂ ਕੀਤਾ ਸਜਦਾ ਹੁਸੈਨ ਨਾਨੇ ਵਾਂਗੂ ਅਮਨ ਦਾ ਬਾਬੇ ਇੱਕ ਸਜਦਾ ਹੁਸੈਨ ਦਾ ਜਾਫਰੀ ਸਾਹਿਬ ਜੈ ਨਬੀਆਂ ਦੀ ਲੱਖਾਂ ਸਾਲ ਮਿਹਨਤ ਬਚਾਈਏ ਯਾਰ ਅਗਰ ਹੁਸੈਨ ਕੱਲਿਆਂ ਸਜਦਾ ਦੇਵਿਆ ਅਸਾਂ ਧੀਆਂ ਨਾਲ ਰਲਾ ਕੇ ਕਦੀ ਨਾ ਰੋਵੀਆ ਅਰਮਾਨ ਇਸ ਗੱਲ ਦਾ ਹੈ ਕੁਰਾਨ ਗਵਾਹ ਹੈ ਹੁਸੈਨ ਕੱਲਿਆਂ ਸਜਦਾ ਨਹੀਂ ਦਿੱਤਾ ਬਲਕਿ ਕਰਬਲਾ ਦੀ ਗਰਮ ਜ਼ਮੀਨ ਤੇ ਸ਼ਬੀਰ ਦਾ ਕੱਲਾ ਸਜਦਾ ਨਹੀਂ ਇਹ ਗੱਲ ਸਾਨੂੰ ਸ਼ੀਆ ਨੂੰ ਖਾ ਗਈ ਹੈ ਕਿਹੜੀ
त्रै कदम ते दीडे दी रही सत्तर कदम ते भेण खड़ी हाई सदका सदका जिंदगी दराज होवी हर बंदा रोवे यार ये गल है जी असा शिया नु खा गई है तेरी जिंदगी दराज होवे हुसैन कल्या सजदा नहीं दीता जिंदगी होवी कला होवे बिल्कुल ना रोवी ये गल है जी साड़ी जिगर चू पार रो गई है शब्बीर जड़े वेले सजदा कीता है कला नहीं बल्कि त्रै कदम ते दीडे तेरे सत्तर कदम ते भेण खड़ी हाई आईना बाहर आवे तेरी मिन्नत करदा हुसैन जी 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 जिंदगी दा राज होवी जी मैं आजमाना जवानी नसीब होवी ऐ गल है जड़ी सानू रोआ गई है त्रै कदम ते दीडे तेरे सत्तर कदम ते भेण खड़ी आहदा आईना बाहर तेरी मिन्नत करदा हुसैन दीन दी खातर खुंडे खंजर नाल वेखो कीवे कुसदा हुसैन आहदा है ना बाहर आवे तेरी मिन्नत करदा हुसैन एक लाजा ओ कत्ल न करवो मैं करना है इस्तकबाले ओ मैं डाना ना आ गए करबल विच घिन धी जहरा को नाल भला हुई भलो भलो ते मैडा नाना आ गए कर बल विच घिन धी जहर सदके भाई अच्छा जेड़ा जेड़ा अल्लाह नु आदा है होर मंग उस कातिल नु क्यों आख्या है कलाजा ना मार सैयद आदा है होंदा नाजक दिल दुनिया ते कायम मिसाले ओ मैं कुमा दे सामने कत्ल न कर मेरे छोड़ दे सर दे सैयदा दे हया करम आ गई है भला हो बड़ा मंजूरी वाला वैन एक होर पढ़ देना है दस्तूर जो औखे वेले आयां दे खून दे रिश्ते यादे ते जेंदे जींदे हो मिल उंदियां करें दिन विच मुश्किल दे इमदा इमदा ते ऐसा क्यों रोने ते पाया हाथ शब्बी शिमर ने नाल जफा दे गरीब दी हवाला ये तेरी जुरत नाही आज कांड में डीते होंदे हाथ अब्बास यदा दे हुन मेरा गाजी हो ते तेरी जुरत नहीं आज कान में डी दे होंदे हाथ अब हर जाकिर पड़ा हर जाकिर सतारवें कदम द घोड़े नु पता लगा है जो हुसैन लह गई है गर्मी बड़ी है बड़ी बड़ी देर हो गई है मैं चार पांच मिनट बाकी पढ़दा ये गल नहीं
ਇਹ ਗੱਲ ਨਹੀਂ ਜੋ 17ਵੇਂ ਕਦਮ ਤੇ ਘੋੜੇ ਨੂੰ, ਘੋੜੇ ਨੂੰ ਪਹਿਲੇ ਕਦਮ ਤੇ ਪਤਾ ਲੱਗੀ ਆਈ, ਜੋ ਸ਼ਬੀਰ ਲਹਿ ਗਏ ਰਫਤਾਰ ਇਤਨੀ ਆਈ, ਰੁਕੇਂਦੇ ਰੁਕੇਂਦੇ 17 ਕਦਮ ਅਗਾਂ ਦੌੜ ਗਏ। ਤਾਰੀਖ ਆਖਦੀ ਹੈ ਆਪੇ ਨਹੀਂ ਰੁਕਾ, ਕਾਲੇ ਬੁਰਕੇ ਵਾਲੀ ਬੀਬੀ ਦਾ ਵਾਗ ਚ ਹੱਥ ਹੈ, ਮੁਰਤ ਜਿਦ ਕਿਦੇ ਵੇ ਨੈ ਜ਼ੀਨ ਸਮਾਲ, ਹੁਸੈਨ ਲਹਿ ਗਈ। ਉਹਨਾਂ ਕਦਮਾਂ ਤੇ ਵਾਪਸ ਆਏ, ਡਿੱਠੇ ਤਾਂ ਕੋਈ ਪੱਥਰ ਮਰੇਂਦਾ, ਕੋਈ ਤੀਰ ਮਰੇਂਦਾ। ਐ ਗੱਲ ਹੈ ਜਿਸ ਵਾਸਤੇ ਅਸਾਂ ਜ਼ੁਲਜਨਾਹ ਦੇ ਕਦਮ ਚੁੰਮਦੇ, ਅਸਾਂ ਹਰ ਘੋੜੇ ਨੂੰ ਸਲਾਮ ਨਹੀਂ ਕਰੇਂਦੇ, ਅਸਾਂ ਸ਼ਬੀਹ ਦੇ ਕਾਇਲ ਹੈ। ਤੂੰ ਵੀ ਸ਼ਬੀਹ ਦਾ ਕਾਇਲ ਹੈ, ਭਾਵੇਂ ਜਿਹੜੀ ਫਿਕਾ ਨਾਲ ਕੋਈ ਤਾਲਕ ਰੱਖਦਾ। ਤਾਜ਼ੀ ਕੁਰਬਾਨੀ ਗੁਜ਼ਰੀ ਹੈ, ਵੇਖਿਆ ਹੀ ਇਹ ਕੋਈ ਹਜ਼ਰਤ ਇਬਰਾਹੀਮ ਵਾਲਾ ਅਸਲ ਦੁੰਬਾ ਹਾਈ, ਦੁੰਬੇ ਦੀ ਸ਼ਬੀ ਆਈ, ਮੈਂ ਆਪਣੀਆਂ ਅੱਖਾਂ ਨਾਲ ਡਿੱਠਾ ਹੈ। ਐਲ ਹਦੀਸ ਦੇ ਬੰਦੇ ਪਤਾ ਨਹੀਂ ਕੌਣ ਕੌਣ ਹੈ ਜਿਹੜੇ ਸ਼ਬੀ ਨੂੰ ਅੱਗੂ ਟੋਰੀ ਵਧੇ ਹਨ, ਨਾ ਉੱਚਾ ਬੁਲੈਂਦੇ ਹਨ, ਨਾ ਬੇਅਦਬੀ ਕਰੇਂਦੇ ਹਨ, ਅਸਾਂ ਹੀ ਸ਼ਬੀ ਦੇ ਕਾਇਲ ਹੈ। ਗਾਜ਼ੀ ਦੀ ਕਸਮ ਹੈ, ਤਾਰੀਖ ਉਠਾ ਕੇ ਵੇਖ, ਮੁਸਲਮਾਨ ਮਰੇਂਦੇ ਹਨ, ਹੈਵਾਨ ਬਚੇਂਦਾ ਹੋਈ। ਜਦੋਂ ਤੀਰਾਂ ਦਾ ਹੀ ਪਾਸੇ ਜਲ ਗਿਆ ਦਾ ਹੀ ਨਾ ਮਾਰੋ, ਤੁਹਾਡੇ ਨਬੀ ਦਾ ਪੁੱਤਰੇ ਸਦਕੇ 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 ਭਲਾ ਹੋ ਵੀ ਮਿੱਟੀ ਤੇ ਆ ਬੈਠਾ ਮਿੱਟੀ ਤੇ, ਐਸਾ ਜੁਮਲਾ ਪਣਾ ਹਰ ਬੰਦੇ ਦੀ ਹਾਇ ਨਿਕਲ ਜਾਵੇ। ਜ਼ਖਮੀ ਮੂੰਹ ਹੁਸੈਨ ਦੇ ਜ਼ਖਮੀ ਪੈਰਾਂ ਤੇ ਰੱਖਿਆ, ਮੇਰੀ ਗਲਤੀ ਤੂੰ ਲੱਥਾ ਜਾਂ ਆਪਣੀ ਮਰਜ਼ੀ ਤੂੰ? ਸੈਯਦਾ ਦਾ ਨਾ ਤੇਰੀ ਗਲਤੀ ਹੈ ਨਾ ਮੇਰੀ ਮਰਜ਼ੀ ਹੈ, ਮੇਰੀ ਮੁੱਕ ਗਈ ਹੈ। ਘੋੜਾ ਦਾ ਮੌਲਾ ਮੇਰੇ ਵਾਸਤੇ ਕਿਆ ਹੁਕਮ ਹੈ? ਸ਼ਬੀਰ ਫਰਮੈਂਦੇ ਨੇ ਮੇਰੀ ਪੱਗ ਈ ਇਹ ਮੇਰੀ ਤਲਵਾਰ, ਈਵਨ ਮੇਰੀ ਇੱਜ਼ਤਦਾਰ ਭੈਣ ਨੂੰ ਦੇ। ਘੋੜੇ ਸਵਾਲ ਕੀਤਾ, ਮੌਲਾ ਮੈਨੂੰ ਖੇਮੇ ਭੇਜੇ ਨੇ ਤੇ ਆਪ ਫਰਮੈਂਦੇ ਨੇ ਮੇਰੀ ਨਮਾਜ਼ ਦਾ ਵੇਲਾ ਹੋਏ। ਘੋੜਾ ਦੇ ਮੌਲਾ ਜੇ ਨਮਾਜ਼ ਪੜ ਸੇ ਤਾਂ ਸਜਦਾ ਹੀ ਡੇ ਸੇ। ਹੁਸੈਨ ਆਦੈ ਨਬੀਆਂ ਦੀ ਮਿਹਨਤ ਮੇਰੇ ਸਜਦੇ ਤੇ ਰੁਕੀ ਹੋਈ ਹੈ, ਸਜਦਾ ਬੜਾ ਜ਼ਰੂਰੀ ਹੈ। ਘੋੜਾ ਦੇ ਕਿਵੇਂ ਸਜਦਾ ਡੇ ਸੇ? ਤੇਰੇ ਪੈਰ ਦੀ ਤੱਲੀ ਚ ਤੀਰ ਲੱਗਾ ਹੋਏ, ਮੌਲਾ ਇਹ ਤੀਰ ਤੈਨੂੰ ਸਜਦਾ ਨਾ ਦੇਵਾਂ ਡੇ ਸੀ। ਸੈਯਦਾ ਦੇ ਫਿਕਰ ਨਾ ਕਰ, ਕੋਈ ਡਿੱਠਾ ਹੀ ਜਿਹੜਾ ਤੀਰ ਛਿੱਕੇ। ਘੋੜਾ ਦੇ ਮੌਲਾ ਇਜਾਜ਼ਤ ਦੇ, ਤੇਰੇ ਪੈਰ ਵਾਲਾ ਤੀਰ ਮੈਂ ਛਿੱਕੇ ਨਾ। ਹੁਸੈਨ ਆਦੈ ਤੀਰ ਹੱਥ ਨਾਲ ਛਕੀਂਦਾ, ਤੂੰ ਹੈਵਾਨ ਆਦੈ ਇਜਾਜ਼ਤ ਦੇ। ਸ਼ਬੀਰ ਇਜਾਜ਼ਤ ਦਿੱਤੀ ਏ ਕਰਬਲਾ ਉਹਦੀ ਗਰਮ ਜ਼ਮੀਨ ਤੇ ਬਹਿ ਕੇ ਹੈਵਾਨ ਮੂੰਹ ਖੋਲੇ, ਜਿਹੜਾ ਬੰਦਾ ਹੁਣ ਤਾਂ ਹੀ ਨਹੀਂ ਰੋ ਸਕਿਆ। ਗਾਜ਼ੀ ਦੀ ਕਸਮ, ਹੁਸੈਨ ਦੇ ਪੈਰ ਵਾਲੇ ਤੀਰ ਚ ਘੋੜੇ ਮੂੰਹ ਪਏ, ਛਿਕੇਂਦਾ ਤੀਰ ਆਈ ਵੇਦਾ ਹੁਸੈਨ ਦਾ ਮੂੰਹ ਆਈ। ਸੈਯਦਾ ਦੇ ਮੇਰਾ ਮੂੰਹ ਕਿਉਂ ਐ ਨਾ? ਘੋੜਾ ਦੇ ਤੇਰੀ ਮਾਂ ਦੀ ਚਾਦਰ ਯਾਦ ਆਈ ਏ ਮੈਨੂੰ, ਆਦੀ ਆਈ ਮੇਰਾ ਨਫੀਸ ਹੁਸੈਨ। ਮਰਹਬਾ ਮਰਹਬਾ ਮਰਹਬਾ, ਭਲਾ ਹੋਵੀ ਭਲਾ ਹੋਵੀ ਭਲਾ ਹੋਵੀ। ਘੋੜਾ ਮੇਰਾ ਹੁਕਮ ਈ ਖੇਮੇ ਵਨ ਉੱਠੀ ਖੜਾ ਏ, ਦੋ ਕਦਮ ਅੱਗਾ ਚਾਹੀਦਾ ਏ, ਕਈ ਵਾਰ ਮੁੜ ਕੇ ਵੇਦਾ ਏ। ਸ਼ਬੀਰ ਡਿੱਠਾ ਏ, ਜੋ ਹੈਵਾਨ ਦਾ ਦਿਲ ਨਹੀਂ ਜੋ ਮੈਂ ਖੇਮੇ ਜਾਵਾਂ, ਯਾਨੀ ਮੈਨੂੰ ਕੱਲਾ ਨਾ ਛੋੜੇ। ਫਰਮਾਇਆ ਵਾਪਸ ਆ, ਘੋੜਾ ਨਾ ਲਾ ਖੜੇ। ਫਰਮਾਇਆ ਮੈਂ ਉਹ ਕਰੀਮਾ ਜੇ ਹੁਣੇ ਸਜਦੇ ਦੇਵਣ ਤੂੰ ਪਹਿਲੇ ਅੱਲਾ ਨੂੰ ਆਖਣਾ ਕੋਈ ਹੋਰ ਹੀ ਤਾਂ ਮੰਗ ਆ, ਮੈਂ ਤੈਨੂੰ ਤੈ ਮੰਗਿਆ ਨਹੀਂ, ਮੈਂ ਤੈਨੂੰ ਇਨਾਮ ਪਿਆ ਦੇਣਾ। ਘੋੜਾ ਦੇ ਮੌਲਾ ਉਹ ਕਿਹੜਾ ਇਨਾਮ ਹੈ? ਫਰਮਾਇਆ ਅੱਜ ਦੇ ਬਾਅਦ ਸ਼ਹਾਦਤ ਮੇਰੀ ਬੜੀ ਸੀ, ਸ਼ਬੀ ਤੇਰੀ ਉਹ ਸੀ। ਹੁਸੈਨ ਆਦੈ ਮੇਰੀ ਨਸਲ ਦੀਆਂ ਉਹ ਸੈਯਦਾ ਦੀਆਂ, ਜਿਹੜੀ ਸਾਰੀ ਜ਼ਿੰਦਗੀ ਘਰ ਤੋਂ ਕਦਮ ਬਾਹਰ ਨਾ ਰੱਖ ਸਨ, ਜਦਾਂ ਤੇਰੀ ਸ਼ਬੀ ਬਣ ਸੀ। ਉਹਨਾਂ ਦੀਆਂ ਚਾਦਰਾਂ ਲੈ ਵੈਸਨ ਤੇਰੇ ਗੱਲ ਚ ਬਾਈ ਪਾ ਕੇ ਅਕਸਨ, ਕਿਵੇਂ ਲਹਾਈ? ਸਦਕਾ ਸਦਕਾ ਸਦਕਾ, ਭਲਾ ਹੋਵੀ ਭਲਾ ਹੋਵੀ। ਦੋ ਚਸ਼ਮਦੀਦ ਗਵਾਹ ਹਨ ਮਜ਼ਲੂਮ ਹੁਸੈਨ ਦੀ ਸ਼ਹਾਦਤ ਦੇ, ਜਿਹੜੇ ਨਜ਼ਦੀਕ ਤੋਂ ਗਵਾਹ ਹਨ। ਵੈਸੇ ਤਾਂ ਭੈਣਾਂ ਹੀ ਆ ਗਈਆਂ ਹਨ 70 ਕਦਮ ਤੇ। ਇਹ ਦੋ ਗਵਾਹ, ਇੱਕ ਘੋੜਾ, ਇੱਕ ਹੁਸੈਨ ਦੀ 4 ਸਾਲ ਦੀ ਧੀ। ਬਾਬਾ ਮਿਲਣ ਆਈਆਂ, ਕੋਈ ਜਵਾਬ ਨਹੀਂ ਆਇਆ, ਸਾਹਮਣੇ ਆ ਖੜੀਏ। ਬਾਬਾ ਸਰ ਚਾ ਮੈਂ ਤੇਰੀ ਧੀ ਸਕੀਨਾ,
कोई जवाब नहीं मिलिया। बाबा मैनू याद है जदा मदीने वसदे आसे अक्सर तू सादे आवे मैनू ओ घर चंगा नहीं लगदा जिथे मेरी मासूमा ना होवे। बाबा सर चा मेरे डेक मैं तेरे सीने ते समाला लिया कोई जवाब नहीं आया। मैनू वेखे धी डिठे त प्यो दे लप्पे हलदे आन बच्ची सोचे सुना त सही बाबा क्या बैठा दे प्यो दे मुंह नाल कन लाया सादा बैठा ई मालिक हुण राजी है। अल्लाह दी आवाज आई है बड़ा राजी की तई हुसैन तू जो मंगसे मैं तेनू देसा सारुता करके फरमाने होनी मैं नहीं होनी तू मंग। अल्लाह दी आवाज आई है बाकी क्या बच गई आई हुसैन आदा आजा मेरी भेण दी चादर सैया दादा आजा मेरी धी दादा आजा मेरी सकीना दे दुर मरहबा। भला होवी भला होवी भला होवी बड़ी मुकान हो गई। बस मैं आखिरी जुमले आले पासे आ रही हूं। अम्मा फिजा वल वन्यू बाबा नहीं बुलेंदा नामे कदम ते गई है फिजा मासूमा नू चाह के आसमान तो एक रुका लिखी है शबीर दी झोलिए चाया गरीब पने तू ते लिखी हो आई पहले मां वल गई हो भी हुण धी वली वेंदी आई हुसैन जल्दी कर मेरिया हूरां दे वाल खुल गए मेरे मलैका तू तस्बी ढह पई है वंज धी नू साड जख्मी हाथ चायस एक वारी वाला तस्सा बाबा सड़े नहीं बाबा बाबा करके सामने आओ खड़िए क्यों आई है बाबा तेरे गल च बहवा पौनी है हुसैन दया मैं हाजिर हूं बच्ची आदि मेरी मजबूरी है तीरां दियां कानियां लंबियां मेरियां बहवा छोटियां केडा साबिर हुसैन है जे अपने हथां नाल पता नहीं चू तीर छिकने शुरू की दे ए गल जिस वास्ते असा मातम दे करेंदे अजा गल नाइस लाया या कन पिछे ओ हरामी आए जे दीन दा काबा ढा छोड़े झिणक दे क्या दे हुसैन बच्ची कौन है सैयदा दे मैं गरीब दी धी है क्यों सड़ी आई फरमाने ना औखे वेले धियां सड़ी दियां नहीं धियां आपे आवे नहीं कुत्ते दा पुत्र झिणक दे क्या दे कुत्ते टोरना है या मैं टोरा। सदके 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 आ फिजा मेरी धी नू चा ले फिजा चा के टूरी जाकिर नक्शा दसे इन करके टूरी मुंह खेमे आले पासे मासूमा दा मुंह बाबे आले पासे यारवें कदम ते गई मेरे आले पासे वेखी ई हरामजादे पहले आसे पासे रिठा वाता दा शबीर कोई आखरी हसरत फरमाने कोई हसरत नहीं अगर होवे तो तू वो हरामी है जिंदे वास्ते मैनू नाने दसे आई शिमर तेरा कातिल है मैं तेरे कोल केड़ी गल मनावनी तू अपना काम कर मैं नमाज शुरू पिया कर दो इदु शबीर नमाज नहीं थी हरामजादे पहली बेअदबी की थी खब्बा हाथ हुसैन ने सर ते रखे इन सज्जे हाथ च खंजर चाहे धी डिठा आदि फिजा मैनू लहा चा दई आदि कि देवैनी आदि कुवन छुड़ावा जने छुड़ावा लाला कोई नहीं आयरो वाला ले आधी कोशिश की थी है मगर पहुंचन तू पहले हरामी पहली जरब मारी है बाबे दे गल ते गल रखे आदि है पहले तो ना मार जे नहीं रुकदा तो मिन्नत करेनी मैनू बाबे दे नाल मार छोड़। सदके सदके हरामजादा हटेंदा हाई जरबा मरे ना हाई बल्कि मैं जय्यद आलम दीन को अपने कना नाल सुनाई ओ फरमाने पैने हरामजादा अकबर दी भेण नू इतना दूर छोड़ा ना हाई बच्ची दे आवण तो पहले हरामी जरब मार लेना हाई सतवी जरब मरे ना पी आई हैदर करार दी पोतरी आई खंजर च हाथ पाए बच्ची खंजर न पाए हरामी खब्बा हाथ चाए ओ इज्जतदारो ऐसी बेअदबी की दिए मासूमा जान भई है दरिया दी मर तू गाजी दी लाश तड़फी है आदा उत्ता वेग धी जान भई। रोवो रोवो हर बंदा रोवे तेरी चुप खा गई है। अल्लाह दर्जात बुलंद फरमावे कि बला आगा नसीम साहब दे वो अक्सर जुमला फरमाते होंगे दस जरबा मार के शिमर खंजर सब छोड़े हुसैन आदा थक भी है तसाई काट अगर तसाए तो पानी पी
ਆਦੈ ਨਾ ਥੱਕਾਂ ਨਾ ਤਸਾਂ ਹੁਸੈਨ ਆਦੈ ਮਰੇ ਨਾ ਕਿਉਂ ਨਹੀਂ ਹਰਾਮੀ ਆਦੈ ਮੈਂ ਦਾਜ਼ਰ ਬਿਮਾਰੀਆਂ ਤੇਰੀ ਗਰਦਨ ਚੋਂ ਖੂਨ ਨਹੀਂ ਆਉਂਦਾ ਹੁਸੈਨ ਆਦੈ ਕਿਆ ਯਾਦ ਕਰੇ ਸੈਂ ਤੂੰ ਖੰਜਰ ਚਾਹ ਜ਼ਰਬ ਚਲਾ ਖੂਨ ਬਹਿਰਾ ਸੀ ਕਿਬਲਾ ਫਰਮੈਂਦੇ ਪਿਆ ਨੀ ਖੰਜਰ ਚਾਹੇ ਸ਼ਬੀਰ ਹਕਲ ਮਾਰੀ ਅੰਮਾ ਮੇਰੀ ਗਰਦਨ ਤੂੰ ਹੱਥ ਚਾਹ ਸਯਦਾ ਦੇ ਅੰਮਾ ਮੇਰਾ ਕਾਤਿਲ ਥੱਕ ਵੀ ਹੈ ਸਯਦਾ ਦੇ ਅੰਮਾ ਮੇਰੀਆਂ ਭੈਣਾਂ ਦਰ ਮਰਹਬਾ ਸਦਕੇ 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 ਬਾ ਖਤਮ ਹੋ ਗਈ ਨੌਕਰੀ ਉਹ ਧੀ ਆਈ ਜਿਹੜੀ ਦੇਂਦੀ ਖੜੀ ਆਈ ਤੇ ਬਾਬਾ ਕੁਸਦਾ ਪਿਆ ਹਾਈ ਇਹ ਹਰਾਮੀ ਜਿਹੜੇ ਵੇਲੇ ਯਾਰਵੀਂ ਜ਼ਰਾ ਮਾਰੀਏ ਸ਼ਬੀਰ ਦੀ ਗਰਦਨ ਚ ਖੂਨ ਬਹਿਰਾਏ ਅੱਲਾ ਦਾ ਅਰਸ਼ ਹਲ ਗਿਆ ਸੁਰਖੰਦਾਰੀ ਚੱਲ ਪਈਏ ਬੱਚੀ ਮਿਲਦਾ ਤੇ ਕਰੇਂਦੀ ਰਹੀਏ ਬਾਰਾਂ ਜ਼ਰਬਾ ਮਾਰ ਕੇ ਹਰਾਮਜ਼ਾਦੇ ਪਿੱਛਾ ਡਿੱਠਾ ਹੈ ਤੋਲੇ ਜੋ ਪਿਓ ਕੁਸਦਾ ਪੀ ਆਈ ਐਸਾ ਹਰਾਮਜ਼ਾਦੇ ਨਜ਼ਰ ਵੇਖੀਏ ਮਾਸੂਮਾ ਮਿੱਟੀ ਤੇ ਬਹਿ ਗਈ ਹੈ ਇਸ ਤੇਰਵੀ ਜ਼ਰਬ ਚਲਾਈਏ ਬੱਚੀ ਭੱਜ ਪਈ ਹੈ ਗਾਜ਼ੀ ਦੀ ਕਸਮ ਦੇ ਮਕਤਲ ਦਾ ਮੂੰਹ ਕਰਕੇ ਆਦੀਏ ਚਾਚਾ ਗਾਜ਼ੀ ਤੂੰ ਤਾਂ ਟੁਰ ਗਿਆ ਆ ਵੇਖ ਬੈਠਾ ਸਾਈਆਂ ਕੱਢ ਕੱਢ ਕਤਲ ਕਰੇ ਲੈ ਓ ਮੈਡੇ ਪਿਲਾਓ ਸ਼ਬੀ ਪਿਓ ਕੋ ਸ਼ਿਮਰ ਕਮੀਨਾ ਓ ਹਰ ਜ਼ਰਬ ਤੋ ਦੇਡਾ ਨਾਚੈਂਦਾ ਇਸਮਤ ਦਾ ਪਾ ਮਾਤਮ ਹੁਸੈਨ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਵੀਰਣ ਦਿਨ ਤੇ ਖੰਜਰ ਚਲੇ ਨੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਦੀ ਗਰਦਨ ਖੰਜਰ ਚਲੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਵੀਰਣ ਦੀ ਗਰਦਨ ਖੰਜਰ ਚਲੇ ਨੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਗਰਦਨ ਤੇ ਖੰਜਰ ਚਲੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਵੀਰਣ ਦੀ ਗਰਦਨ ਤੇ ਖੰਜਰ ਚਲੇ ਨੇ ਜ਼ੈਨਬ ਨੇ ਅੱਖੀਆਂ ਤੇ ਚਾਹਤ ਰੱਖੇ ਨੇ ਮਾਸੂਮ ਦੀ ਕੂਤਾ ਮਾਚੇ ਲਗੇ ਮਾਸੂਮ ਦੇ ਕੋਤਾ
ماچے لگے ہن زینب نے اکھیاں تے چاہت رکھے ہن ویرن دی گردن تے خنجر چلے ہن ویرن دی گردن تے خنجر چلے ہن زینب نے اکھیاں تے چاہت رکھے ہن معصوم دی کوتا ماچے لگے ہن معصوم دی کوتا ماچے لگے ہن زینب نے اکھیاں تے چاہت رکھے ہن ویرن دی گردن تے خنجر چلے ہن ویرن دی گردن تے خنجر چلے ہن زینب نے اکھیاں تے چاہت رکھے ہن جا کے جو آیا ظالم رسن ہے پاون دا سینی کو دیندا حکم ہے جا کے جو آیا ظالم رسن ہے پاون دا سینی کو دیندا حکم ہے اکبر دی ماں نے جو بازو کڈے اکبر دی ماں نے جو بازو کٹے ہن زینب نے اکھیاں تے چاہت رکھے ہن ویرن دی گردن تے خنجر چلے ہن ویرن دی گردن تے خنجر چلے ہن زینب نے اکھیاں تے چاہت رکھے ہن جا کے جو آیا ظالم رسن ہے پاون دا سینی کو دیندا جا کے جو آیا ظالم رسن پاون دا سینی کو دیندا حکم ہے اکبر دی ماں نے جو بازو کڈے ہن اکبر دی ماں نے جو بازو کڈے ہن زینب نے اکھیاں تے چاہت رکھے ہن ویرن دی گردن تے خنجر چلے ہن ویرن دی گردن تے خنجر چلے ہن زینب نے اکھیاں تے چاہت رکھے ہن لیلا تے فرمایا اصغر دی ماں تے دارا تے حیدر دے نوہا دیا تے لیلا تے فرمایا اصغر دی ماں تے زارا تے حیدر دے نوہا دیا دے جیویل کربل جبر کے لتھے ہن زینب نے اکھیاں تے چاہت رکھے ہن ویرن دی گردن تے خنجر چلے ہن ویرن دی گردن تے خنجر چلے ہن زینب نے اکھیاں تے چاہت رکھے ہن شام غریبا خیمے جلے ہن شامی غریبا خیمے جلے ہن اویل شامی خیمے چ گئن لوگان بنری دے زیور لوٹے ہن زینب نے اکھیاں تے چاہت رکھے ہن ویرن دی گردن تے خنجر چلے ہن ویرن دی گردن تے خنجر چلے ہن زینب نے اکھیاں تے چاہت رکھے ہن بے وطن ماوا ہن بال پیاسے گن کے جو آیا ہن الکماتے بے وطن ماوا ہن بال پیاسے گن کے جو آیا ہن الکماتے بے وطن ماوا ہن بال پیاسے گن کے جو آیا ہن الکماتے بے وطن ماوا ہن بال پیاسے گن کے جو آیا ہن الکماتے پیاسے جو پانی کو دے دے رہے ہن زینب نے اکھیاں تے چاہت رکھے ہن ویرن دی گردن تے خنجر چلے یا حسین 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 یا
या हुसैन 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 हुसैन या हुसैन या हुसैन या हुसैन या हुसैन जिदा मैं देखड़ आईया मैदा नमाजी बाबा सदा मैं देखड़ आईया मैदा नमाजी बाबा सजदा 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 मैं देखड़ आईया माशाल्लाह माशाल्लाह वधिया यादी बाबा सजदा मैं देखड़ आईया मैदा नमाजी बाबा सजदा मैं देखड़ आईया मैदा नमाजी बाबा मैं देख
ਖੜਿਆਈਆ ਮੈਦਾ ਨਮਾਜ਼ੀ ਬਾਬਾ ਸਜਦਾ ਮੈਂ ਦੇਖਣ ਆਈਆ 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 ਮੈਦਾ ਨਮਾਜ਼ੀ ਬਾਬਾ ਫੌਜਾਂ ਵਿੱਚੋਂ ਮੈਂ ਆਈਆ ਜਾ ਜਾ ਤੇ ਜਣਦੀ ਰਹੀਆ ਫੌਜਾਂ ਵਿੱਚੋਂ ਮੈਂ ਆਈਆ ਜਾ ਜਾ ਤੇ ਜਣਦੀ ਰਹੀਆ ਔਖਾ ਮਿਲਾ ਏ ਮੈਂ ਕੋ ਔਖਾ ਮਿਲਾ ਏ ਮੈਂ ਕੋ ਰਸਤਾ ਨਮਾਜ਼ੀ ਬਾਬਾ ਸਜਦਾ ਮੈਂ ਦੇਖਣ ਆਈਆ ਮੈਂ ਦੇਖਣ ਆਈਆ ਮੈਦਾ ਨਮਾਜ਼ੀ ਬਾਬਾ ਸਜਦਾ ਮੈਂ ਦੇਖਣ ਆਈਆ ਮੈਦਾ ਨਮਾਜ਼ੀ ਬਾਬਾ ਸਿੱਖ ਹੈ ਤੇ ਕੋ ਗੱਲ ਲਾਵਾ ਚੌਦਾਂ ਰੁਤੀਰਨ ਬਾਬਾ ਸਿੱਖ ਹੈ ਤੇ ਕੋ ਗੱਲ ਲਾਵਾ ਮੈਂ ਦੇਖਣ ਆਈਆ ਮੈਦਾ ਨਮਾਜ਼ੀ ਬਾਬਾ ਸਜਦਾ ਮੈਂ ਦੇਖਣ ਆਈਆ ਮੈਦਾ ਨਮਾਜ਼ੀ ਬਾਬਾ ਸਜਦਾ ਮੈਂ ਦੇਖਣ ਆਈਆ ਮੈਦਾ ਨਮਾਜ਼ੀ ਬਾਬਾ ਸਜਦਾ ਮੈਂ ਦੇਖਣ ਆਈਆ ਲੱਖ ਕਾਤਿਲ ਦੇ ਮਜਮੇ ਵਿੱਚ ਸ਼ਾਹ ਪੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਿਲ ਦੇ ਮਜਮੇ ਵਿੱਚ ਸ਼ਾਹ ਪੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ
ਲੱਗੇਗਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਹਰ ਕਦਮ ਤੇ ਅਕਬਰ ਅਕਬਰ ਦਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾ ਦਿਲ ਦੇ ਮਜਮੇ ਵਿੱਚ ਇੱਕ ਦੀਦੀ ਅੱਖੀਂ ਦੀ ਮੁੱਕ ਗਈ ਹੈ ਬਿਆ ਕਮਰ ਗਰੀਬ ਦੀ ਝੁੱਕ ਗਈ ਹੈ ਇੱਕ ਦੀਦੀ ਅੱਖੀਂ ਦੀ ਮੁੱਕ ਗਈ ਹੈ ਬਿਆ ਕਮਰ ਗਰੀਬ ਦੀ ਝੁੱਕ ਗਈ ਹੈ ਇੱਕ ਦੀਦੀ ਮੁੱਕ ਗਈ ਹੈ ਬਿਆ ਕਮਰ ਗਰੀਬ ਦੀ ਝੁੱਕ ਗਈ ਹੈ ਇੱਕ ਦੀਦੀ ਅੱਖੀਂ ਦੀ ਮੁੱਕ ਗਈ ਹੈ ਬਿਆ ਕਮਰ ਗਰੀਬ ਦੀ ਝੁੱਕ ਗਈ ਹੈ ਖਿਆਮ ਤੂੰ ਘਿਨ ਕੇ ਮਕਤਲ ਤਈ ਖਿਆਮ ਤੂੰ ਘਿਨ ਕੇ ਮਕਤਲ ਤਈ ਬਹੁ ਮੁਸ਼ਕਿਲ ਸਫ਼ਰ ਕਰੇ ਨਾਰੇ ਕਾਤਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਲ ਦੇ ਮਜਮੇ ਵਿੱਚ ਕਦਾ ਟੁਰਦਾ ਕਦਾ ਜਲਦਾ ਵਲ ਵਲ ਅਕਬਰ ਦਾ ਪੁੱਛਦਾ ਅਕਬਰ ਦਾ ਪੁੱਛਦਾ ਕਦਾ ਟੁਰਦਾ ਕਦਾ ਜਲਦਾ ਵਲ ਵਲ ਅਕਬਰ ਦਾ ਪੁੱਛਦਾ ਤੂੰ ਕੈਵੀ ਮਜ਼ਲੂਮ ਕੋ ਨਹੀਂ ਦੱਸਿਆ ਕੈਵੀ ਮਜ਼ਲੂਮ ਕੋ ਨਹੀਂ ਦੱਸਿਆ ਇੱਕ ਇੱਕ ਦੀ ਮਿੰਨਤ ਕਰੇ ਨਾਰੇ ਨੌ ਲੱਖ ਕਾਤਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਲ ਦੇ ਮਜਮੇ ਵਿੱਚ ਸ਼ਾਹ ਪੁੱਤਰ ਦੀ ਲਾਸ਼ ਗੁਲੇ ਨਾਰੇ ਨੌ ਲੱਖ ਕਾਤਲ ਦੇ ਮਜਮੇ ਵੇ ਰੋ ਸੁਗਰਾ ਸੈਣ ਕੱਲੀ ਵੇ ਅੰਮੜੀ ਦਾ ਜਾਇਆ ਵੇ ਰੋ ਸੁਗਰਾ ਸੈਣ ਕੱਲੀ ਵੇ ਅੰਮੜੀ ਦਾ ਜਾਇਆ ਵੇ ਰੋ ਸੁਗਰਾ ਸੈਣ ਕੱਲੀ ਵੇ ਅੰਮੜੀ ਦਾ ਜਾਇਆ ਵੇ ਰੋ ਸੁਗਰਾ ਸੈਣ ਕੱਲੀ ਵੇ ਅੰਮੜੀ ਦਾ ਜਾਇਆ ਵੇ ਰੋ ਸੁਗਰਾ ਸੈਣ ਕੱਲੀ ਵੇ ਅੰਮੜੀ ਦਾ ਜਾਇਆ ਵੇ ਰੋ ਸੁਗਰਾ ਸੈਣ ਕੱਲੀ ਜਾਇਆ ਵੇ ਰੋ ਸੁਗਰਾ ਸੈਣ ਕੱਲੇ ਵੇ ਅੰਮੜੀ ਦਾ ਜਾਇਆ ਬੋਲੋ ਜੀ ਰੋ ਸੁਗਰਾ ਸੈਣ ਕੱਲੇ
ਭੱਲੀ ਵੇ ਅੰਮੜੀ ਦਾ ਜਾਇਆ ਵੇ ਹੁਣ ਮੌਤ ਆਵੇ ਤਾਂ ਭੱਲੀ ਵੇ ਅੰਮੜੀ ਦਾ ਜਾਇਆ ਵੇ ਰੋਵ ਸੁਗਰਾ ਸੈਣੇ ਕੱਲੀ ਵੇ ਅੰਮੜੀ ਦਾ ਜਾਇਆ ਵੇ ਰੋਵ ਸੁਗਰਾ ਸੈਣੇ ਕੱਲੀ ਵੇ ਅੰਮੜੀ ਦਾ ਜਾਇਆ ਵੇ ਰੋਵ ਸੁਗਰਾ ਸੈਣੇ ਕੱਲੀ ਵੇ ਅੰਮੜੀ ਦਾ ਜਾਇਆ ਸਤਵੀ ਦਾ ਵਾਦਾ ਕਰ ਗਿਓ ਵੀਰਣ ਸਤਵੀ ਦਾ ਵਾਦਾ ਸਤਵੀਂ ਦਾ ਵਾਦਾ ਕਰ ਗਿਓ ਵੀਰਣ 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 ਵਿੱਚ ਦੇਗਰ ਢੱਲੇ ਵੇ ਅੰਮਣ ਦਾ ਜਾਇਆ ਦੇਗਰ ਢੱਲੇ ਵੇ ਅੰਮੜੀ ਦਾ ਜਾਇਆ ਵੇ ਹੁਣ ਦਾਵਿੰਦ ਦੇਗਰ ਢੱਲੇ ਵੇ ਅੰਮੜੀ ਦਾ ਜਾਇਆ ਵੇ ਰੋਵ ਸੁਗਰਾ ਸੈਣੇ ਕੱਲੇ ਵੇ ਅੰਮੜੀ ਦਾ ਜਾਇਆ ਵੇ ਰੋਵ ਸੁਗਰਾ ਸੈਣੇ ਕੱਲੇ ਵੇ ਅੰਮੜੀ ਦਾ ਜਾਇਆ ਤੂੰ ਜਾ ਵੱਲ ਵਤਨਾ ਤੇ ਵੱਲਿਆ ਤੂੰ ਜਾ ਵੱਲ ਵਤਨਾ ਤੇ ਵੱਲਿਆ ਤੂੰ ਜਾ ਵੱਲ ਵਤਨਾ ਵੱਲੀਆਂ ਵੱਲ ਵਤਨਾ ਤੇ ਵੱਲੀਆਂ ਕੂੰਜਾ ਵੱਲ ਵਤਨਾ ਤੇ ਵੱਲੀਆਂ ਵੀਰ ਦੀ ਜੋਕ ਨਾ ਵੱਲੇ ਵੇ ਅੰਮੜੀ ਦਾ ਅਲਵਿਦਾ 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 ਅਲਵਿਦਾ